ਸੁਨਾਮ ਪਟਿਆਲਾ ਰੋਡ ਦੇ ਉੱਪਰ ਮੌਜੂਦ ਹੈ ਇੱਕ ਦਰਦਨਾਕ ਭਿਆਨਕ ਸੜਕ ਹਾਦਸਾ ਸੁਨਾਮ ਵਿਖੇ ਹੋਇਆ ਹੈ। 4 ਮਨਰੇਗਾ ਮਜ਼ਦੂਰਾਂ ਦੀ ਕੰਮ ਕਰਦੇ ਹੋਏ ਸੜਕ ਦੇ ਉੱਪਰ ਮੌਤ ਹੋ ਗਈ ਹੈ। ਇੱਕ ਟਰੱਕ ਦੇ ਵੱਲੋਂ ਕੰਮ ਕਰਦੇ ਹੋਏ ਮਨਰੇਗਾ ਮਜ਼ਦੂਰਾਂ ਨੂੰ ਕੁਚਲ ਦਿੱਤਾ ਗਿਆ ਹੈ। ਤਸਵੀਰਾਂ ਦਿਖਾ ਦਿੰਦੇ ਹਾਂ ਕਿ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਰੋਸ ਕਰਦੇ ਹੋਏ ਸੜਕ ਦੇ ਉੱਪਰ ਹੀ ਧਰਨਾ ਲਗਾ ਕੇ ਬੈਠ ਗਏ ਨੇ। ਡੈੱਡ ਬੋਡੀਜ਼ ਲਾਸ਼ਾਂ ਇਸ ਵਕਤ ਸੜਕ ਦੇ ਉੱਪਰ ਹੀ ਰੱਖੀਆਂ ਹੋਈਆਂ ਨੇ। ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਮਨਰੇਗਾ ਮਜ਼ਦੂਰ ਸੜਕ ਦੇ ਉੱਪਰ ਸੜਕ ਕਿਨਾਰੇ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ ਜਿਹੜੇ ਕੱਖ ਹੁੰਦੇ ਨੇ ਘਾਹ ਹੁੰਦਾ ਉਹਦੀ ਸਫਾਈ ਕਰ ਰਹੇ ਸੀ। ਪਟਿਆਲਾ ਸਾਈਡ ਤੋਂ ਇੱਕ ਬੇਕਾਬੂ ਟਰੱਕ ਆਉਂਦਾ ਤੇਜ਼ ਰਫ਼ਤਾਰ ਟਰੱਕ ਜਿਹੜੇ ਕੰਮ ਕਰਦੇ ਹੋਏ ਮਜ਼ਦੂਰ ਨੇ ਉਹਨਾਂ ਨੂੰ ਦਰੜ ਕੇ ਮੌਕੇ ਦੇ ਉੱਪਰ ਮੌਤ ਦੇ ਘਾਟ ਉਤਾਰ ਜਿਹੜਾ ਹੈਗਾ ਜਾਂਦਾ ਤਾ। ਜਿਹੜੇ ਨਾਲ ਮਨਰੇਗਾ ਮਜ਼ਦੂਰ ਕੰਮ ਕਰ ਰਹੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਅਸਲ ਕਹਾਣੀ ਹੋਈ ਕਿਵੇਂ, ਅਸਲ ਕਿਸ ਤਰੀਕੇ ਨਾਲ ਜਿਹੜੇ ਨੇ ਹਾਲਾਤ ਪੈਦਾ ਹੋਏ। ਇੱਧਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਮੌਕੇ ਦੇ ਉੱਪਰ ਨਾਲ ਕੰਮ ਕਰ ਰਹੇ ਸੀ, 4 ਜਣੇ ਦੀ ਮੌਤ ਹੋ ਚੁੱਕੀ ਆ, ਅਸਲ ਜਦੋਂ ਕੰਮ ਕਰ ਰਹੇ ਸੀ ਤਾਂ ਹਾਦਸਾ ਹੋਇਆ ਕਿਵੇਂ ਆ? ਗੱਡੀ ਆ ਰਹੀ ਸੀ ਜੀ ਤੇਜ਼ ਰਫ਼ਤਾਰ 'ਤੇ ਆਈ ਹੋਈ ਸੀ ਗੱਡੀ, ਸਾਨੂੰ ਅਸੀਂ ਕੰਮ ਕਰਨ ਲੱਗ ਰਹੇ ਸੀਗੇ ਜੀ, ਸਾਡੇ ਕਨੀ ਹੋ ਗਈ ਸਰ ਗੱਡੀ ਉਧਰੋਂ ਕੱਚੇ 'ਚ ਉੱਤਰ ਗਈ, ਕੱਚੇ ਥਾਂ ਮੈਂ ਕੰਮ ਕਰ ਰਹੀ ਸੀ ਜੀ, ਅਸੀਂ ਸਾਡੀ ਲੇਬਰ ਅਸੀਂ ਪਿੱਛੇ ਕੰਮ ਸਫਾਈ ਕਰਦੇ ਆ ਰਹੇ ਸੀ, ਉਹ ਦਾਣੀਆਂ ਵੱਢ ਰਹੇ ਸੀਗੇ ਜੀ ਦਰਖਤ ਕੋਲੋਂ, ਉਹ ਮੂਹਰੇ ਖੜੇ ਸੀ 4 ਜਣੇ ਜੀ, ਅਸੀਂ ਪਿੱਛੇ ਸੀਗੇ। ਜਿਹਨਾਂ ਦੀ ਮੌਤ ਹੋਈ ਉਹਨੂੰ ਜੀ ਇੱਕ ਔਰਤ ਦੱਸੀ ਜਾ ਰਹੀ ਹੈ, 3 ਬਜ਼ੁਰਗ ਮਰਦ ਦੱਸੇ ਜਾ ਰਹੇ ਨੇ, ਉਮਰ ਕਿੰਨੀ ਕਿੰਨੀ ਸੀ ਉਹਨਾਂ ਦੀ? ਹੋਊਗੀ ਜੀ 60-65 ਤੱਕ ਹੈ ਜੀ। ਤਾਂ ਕਿਵੇਂ ਦੇਖਦੇ ਹੋ ਜਦੋਂ ਤੁਸੀਂ ਕੰਮ ਕਰ ਰਹੇ ਸੀ ਤੁਹਾਡੇ ਤੁਸੀਂ ਸੜਕ ਦੇ ਉੱਪਰ ਕੰਮ ਕਰ ਰਹੇ ਸੀ ਤਾਂ ਕੋਈ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਜਾਂ ਕੋਈ ਅਧਿਕਾਰੀ ਜਾਂ ਕੋਈ ਟ੍ਰੈਫਿਕ ਨੂੰ ਰੋਕਣ ਵਾਲਾ? ਕੋਈ ਪ੍ਰਬੰਧ ਨਹੀਂ ਜੀ, ਕੋਈ ਸੁਰੱਖਿਆ ਨਹੀਂ ਮਿਲਦੀ ਜੀ ਸਾਨੂੰ, ਕੁਛ ਨਹੀਂ ਮਿਲਦਾ ਜੀ ਸਾਨੂੰ ਨਾ ਜੀ। ਕਿੰਨੀ ਰੁਪਏ ਮਜ਼ਦੂਰੀ ਦੇ ਕੰਮ ਕਰ ਰਹੇ ਸੀ ਤੁਸੀਂ? 322 ਰੁਪਏ ਜੀ, 322 ਰੁਪਏ ਹੀ ਮਿਲਦੇ ਨੇ। ਵੈਸੇ ਪਿੰਡ ਦੇ ਬੰਦੇ ਸੀ ਸਾਰੇ? ਨਹੀਂ ਅਸੀਂ ਤਾਂ ਦੂਜੇ ਪਿੰਡ ਦੇ ਆਗੇ ਹਾਂ ਜੀ, ਇਹਨਾਂ ਦੀ ਨਰੇਗਾ ਚੱਲਦੀ ਸੀ, ਹੈਗੂ ਪਿੰਡ ਸਾਡਾ ਇੱਕ, ਪੰਚਾਇਤਾਂ ਸਾਡੀਆਂ 2 ਨੇ ਜੀ। ਤਾਂ ਹੁਣ ਇੱਥੇ ਤੁਸੀਂ ਧਰਨਾ ਲਗਾ ਲਿਆ ਜੀ? ਹਾਂਜੀ ਧਰਨਾ ਲਾਵਾਂਗੇ ਜੀ ਅਸੀਂ, ਸਾਡੇ ਬਾਪੂ ਨੇ ਜੀ ਉਹ, ਹਾਂਜੀ ਸਾਨੂੰ ਇਨਸਾਫ ਚਾਹੀਦਾ ਜੀ ਇਹਨਾਂ ਦੀ, ਸਾਡੀ ਮਾਂਵਾਂ ਵਰਗੀ ਸੀ ਜੀ ਉਹ, ਸਾਡੇ ਪਿਓਾਂ ਵਰਗੇ ਸੀਗੇ। ਤਾਂ ਬਿਲਕੁਲ ਇਨਸਾਫ ਦੀ ਮੰਗ ਨੂੰ ਲੈ ਕੇ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾ ਰਿਹਾ। ਡੈੱਡ ਬੋਡੀਜ਼ ਇਸ ਵਕਤ ਸੜਕ ਦੇ ਉੱਪਰ ਹੀ ਪਈਆਂ ਨੇ, ਦੇਖ ਸਕਦੇ ਹੋ ਸਾਫ਼ ਤੌਰ 'ਤੇ ਮਜ਼ਦੂਰ ਜਿਹੜੇ ਮਨਰੇਗਾ ਕਰਮਚਾਰੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਉਦੋਂ ਤੱਕ ਇਸੇ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਰਹਾਂਗੇ। ਕਿਉਂਕਿ ਗੱਲ ਕਰੀਏ ਇਹ ਸੜਕ ਦੇ ਉੱਪਰ ਕੰਮ ਹੋ ਰਿਹਾ ਸੀ, PWD ਦੇ ਅੰਡਰ ਜਿਹੜੀ ਹੈਗੀ ਆ ਸੜਕ ਆਉਂਦੀ ਆ, ਪਰ ਕਿਤੇ ਨਾ ਕਿਤੇ ਬਿਨਾਂ ਸੁਰੱਖਿਆ ਪ੍ਰਬੰਧਾਂ ਤੋਂ ਜਿਹੜੇ ਵਰਕਰ ਹੈਗੇ ਨੇ ਇੱਥੇ ਕੰਮ ਕਰ ਰਹੇ ਸੀ, ਕਿਸੇ ਵੀ ਕਿਸਮ ਦਾ BDPO ਡਿਪਾਰਟਮੈਂਟ ਦੇ ਵੱਲੋਂ ਜਾਂ ਹੋਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ ਇੱਥੇ ਇਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਸੀ। ਇੱਕ ਬੇਕਾਬੂ ਟਰੱਕ ਆਉਂਦਾ ਬੇਕਾਬੂ ਤਰੀਕੇ ਦੇ ਨਾਲ ਉਹ ਸੜਕ ਦੇ ਉੱਪਰ ਇੱਕ ਪਾਸੇ ਕੰਮ ਕਰਦੇ ਹੋਏ ਜਿਹੜੇ ਮਨਰੇਗਾ ਮਜ਼ਦੂਰ ਸੀ ਉਹਨਾਂ ਨੂੰ ਦਰੜ ਕੇ ਉਹਨਾਂ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਇੱਕ ਹੀ ਪਿੰਡ ਦੇ ਜਿਹੜੇ ਹੈਗੇ ਨੇ 4 ਮਨਰੇਗਾ ਮਜ਼ਦੂਰ ਦੱਸੇ ਜਾ ਰਹੇ ਨੇ, ਤਾਂ ਬਜ਼ੁਰਗ ਦੱਸੇ ਜਾ ਰਹੇ ਨੇ 55 ਤੋਂ 60 ਸਾਲ ਦੀ ਜਿਹੜੀ ਉਮਰ ਹੈਗੀ ਆ ਉਹ ਦੱਸੀ ਜਾ ਰਹੀ ਆ। ਫਿਲਹਾਲ ਧਰਨਾ ਜਾਰੀ ਆ, ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਟਰੱਕ ਸਾਡੇ ਕਾਬੂ ਦੇ ਵਿੱਚ ਆ ਅਤੇ ਮੌਕੇ ਦੇ ਉੱਪਰ ਜਿਹੜਾ ਹੈਗਾ ਟਰੱਕ ਚਾਲਕ ਉਹ ਫਰਾਰ ਹੋ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਧਰਨਾ ਕਿਸ ਤਰੀਕੇ ਨਾਲ ਚੱਲਦਾ, ਕਿਉਂਕਿ ਬੋਡੀਜ਼ ਜਿਹੜੀਆਂ ਹੈਗੀਆਂ ਨੇ ਸੜਕ ਦੇ ਉੱਪਰ ਹੀ ਰੱਖੀਆਂ ਜਾ ਰਹੀਆਂ ਨੇ, ਅਤੇ ਇਹੀ ਪਰਿਵਾਰ ਵਾਲਿਆਂ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਇਸੇ ਤਰੀਕੇ ਨਾਲ ਪ੍ਰਦਰਸ਼ਨ ਆਪਣਾ ਜਾਰੀ ਰੱਖਾਂਗੇ। ਸੁਨਾਮ ਤੋਂ ਚਰਨਜੀਵ ਕੌਸ਼ਲ, ਨਿਊਜ਼ 18 ਪੰਜਾਬ।